ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਅਸੀਂ 9ਵੀਂ 10ਵੀਂ ਜਮਾਤ ਵਿੱਚੋਂ ਜੋ ਡੇਲੀ ਕਰੰਟ ਜੀਕੇ ਵਿੱਚ ਸਵਾਲ ਪੁੱਛੇ ਜਾਂਦੇ ਹਨ ਉਹਦਾ ਪਾਰਟ ਨੰਬਰ 2 ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਅਸੀਂ 50 ਮਹੱਤਵਪੂਰਨ ਪ੍ਰਸ਼ਨਾਂ ਉੱਤੇ ਕਰਾਂਗੇ ਚਰਚਾ ਜੋ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋਣਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੋ ਪਿਛਲੀ ਵੀਡੀਓ ਵਿੱਚ ਪੁੱਛਿਆ ਗਿਆ ਸੀ ਸਵਾਲ ਕਿ ਜੋ ਇਹ ਕੁਐਸਚਨ ਮਾਰਕ ਚੰ ਹੈ ਇਸੀ ਥਾਂ ਤੇ ਕਿਹੜਾ ਅੰਕ ਆਵੇਗਾ ਇਸਦਾ ਸਹੀ ਉੱਤਰ ਹੈ 36 ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਦੋ ਅੰਕਾਂ ਵਿੱਚ 3 ਦਾ ਫਰਕ ਫਿਰ 5 ਫਿਰ 7 ਫਿਰ 9 ਇਸ ਤੋਂ ਬਾਅਦ 11 ਦਾ ਅੰਤਰ ਆਵੇਗਾ 8 ਅਤੇ 11 ਹੁੰਦੇ ਹਨ 36 ਸਵਾਲ ਨੰਬਰ 52 ਕਿਹੜਾ ਰਾਜ ਭਾਰਤ ਵਿੱਚ ਕੇਸਰ ਦਾ ਸਭ ਤੋਂ ਵੱਡਾ ਉਤਪਾਦਕ ਹੈ ਇਹ ਹੈ ਜੀ ਜੰਮੂ ਐਂਡ ਕਸ਼ਮੀਰ ਜੰਮੂ ਅਤੇ ਕਸ਼ਮੀਰ ਹੁਣ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਹੈ ਜੋ ਕੇਸਰ ਦਾ ਭਾਰਤ ਵਿੱਚ ਸਭ ਤੋਂ ਵੱਡਾ ਉਤਪਾਦਕ ਹੈ ਸਵਾਲ ਨੰਬਰ 53 ਤਰਤੀਬ ਅੱਗੇ ਵਧਾਉਣ ਲਈ ਉੱਤਰ ਚਿੱਤਰ ਵਿੱਚੋਂ ਸਹੀ ਚਿੱਤਰ ਲੱਭੋ ਇਸਦਾ ਉੱਤਰ ਆਵੇਗਾ ਈਡੀ ਸਵਾਲ ਨੰਬਰ 54 ਇੱਕ ਮਨੁੱਖ ਦੁਆਰਾ ਭਾਰ ਚੁੱਕਣ ਲਈ ਕਿਹੜਾ ਬਲ ਲਗਾਇਆ ਜਾਂਦਾ ਹੈ ਇਹ ਲਗਾਇਆ ਜਾਂਦਾ ਹੈ ਪੇਸ਼ੀ ਬਲ ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਨ ਮਸਲਰ ਫੋਰਸ ਸਵਾਲ ਨੰਬਰ 55 ਪਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮੈਲਾ ਯਾਤਰੀ ਕੌਣ ਸੀ ਸਹੀ ਉੱਤਰ ਹੈ ਜੀ ਕਲਪਨਾ ਚਾਵਲਾ ਜੋ ਕਲਪਨਾ ਚਾਵਲਾ ਸੀ ਇਹ 1997 ਵਿੱਚ ਪਹਿਲੀ ਵਾਰ ਅੰਤਰਿਕਸ਼ ਵਿੱਚ ਗਈ ਸੀ ਜੋ ਭਾਰਤੀ ਮੂਲ ਦੀ ਦੂਸਰੀ ਔਸਤਰੀ ਹੈ ਅੰਤਰਿਕਸ਼ ਵਿੱਚ ਜਾਣ ਵਾਲੀ ਉਹ ਹੈ ਸੁਨੀਤਾ ਬਿਲੀਮ ਸਵਾਲ ਨੰਬਰ 56 ਜਦੋਂ ਅਸੀਂ ਪਾਣੀ ਉਬਾਲਦੇ ਹਾਂ ਤਾਂ ਪਾਣੀ ਉਬਾਲਣ ਤੋਂ ਪਹਿਲਾਂ ਸਾਨੂੰ ਵਰਤਨ ਦੇ ਤਲ ਤੇ ਬੁਲਬਲੇ ਦਿਖਾਈ ਦਿੰਦੇ ਹਨ ਇਸ ਦਾ ਕੀ ਕਾਰਨ ਹੈ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੇ ਕਰਕੇ ਜਦੋਂ ਅਸੀਂ ਪਾਣੀ ਨੂੰ ਉਬਾਲਦੇ ਹਾਂ ਤਾਂ ਪਾਣੀ ਵਿੱਚ ਬੁਲਬਲੇ ਉੱਠਦੇ ਹਨ ਸਵਾਲ ਨੰਬਰ 57 ਜੋ ਇਹ ਤੁਹਾਨੂੰ ਪੰਜ ਤਸਵੀਰਾਂ ਦਿਖ ਰਹੀਆਂ ਹਨ ਇਸ ਦੇ ਵਿੱਚ ਚਾਰ ਇੱਕੋ ਜਿਹੇ ਹਨ ਤੇ ਇੱਕ ਤਸਵੀਰ ਇਹਨਾਂ ਤੋਂ ਅਲੱਗ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਤਸਵੀਰ ਅਲੱਗ ਹੈ ਇਸ ਦਾ ਸਹੀ ਉੱਤਰ ਹੈ ਹਾ ਹਾ ਸਵਾਲ ਨੰਬਰ 58 ਭੋਜਨ ਦਾ ਊਰਜਾ ਮਾਣ ਕਮੇ ਮਾਪਿਆ ਜਾਂਦਾ ਹੈ ਇਹ ਮਾਪਿਆ ਜਾਂਦਾ ਹੈ ਜੀ ਕੈਲੋਰੀ ਨਾਲ ਸਵਾਲ ਨੰਬਰ 59 ਪੰਜਾਬੀ ਵਿੱਚ ਟਾਈਪਸਟ ਲਿਖੇ ਲਿਖਿਆਂ ਵਿੱਚੋਂ ਕਿਹੜੇ ਫੌਂਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜਦੋਂ ਅਸੀਂ ਪੰਜਾਬੀ ਵਿੱਚ ਟਾਈਪਿੰਗ ਕਰਦੇ ਹਾਂ ਤਾਂ ਅਣਮੂਲ ਲਿਪੀ ਅਸ਼ੀਸ਼ ਲਿਪੀ ਅਤੇ ਰਾਵੀ ਲਿਪੀ ਦਾ ਪ੍ਰਯੋਗ ਕਰਦੇ ਹਾਂ ਜੋ ਏਰੀਆ ਲਿਪੀ ਹੈ ਇਹ ਪੰਜਾਬੀ ਫੌਂਟ ਦੀ ਟਾਈਪਿੰਗ ਲਈ ਨਹੀਂ ਵਰਤੀ ਜਾਂਦੀ ਹੈ ਇੱਥੇ ਲਿਖੇ ਉਤਰਾ ਵਿੱਚੋਂ ਆਪਰੇਸ਼ਨ ਚਿੱਤਰ ਵਿੱਚ ਜੋ ਕੁਐਸਚਨ ਮਾਰਕ ਦਾ ਚਿੰਨ ਹੈ ਜੋ ਇਹ ਕੁਐਸਚਨ ਮਾਰਕ ਦਾ ਚਿੰਨ ਹੈ ਇਸ ਦੇ ਸਥਾਨ ਤੇ ਟੁਕਮਾ ਉੱਤਰ ਦੱਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਪਹਿਲਾਂ ਜੋ ਕਰਾਸ ਦਾ ਨਿਸ਼ਾਨ ਹੈ ਐਂਡ ਦੇ ਵਿੱਚ ਇਸ ਦੇ ਨਾਲ ਚਾਰ ਬਿੰਦੀਆਂ ਲੱਗੀਆਂ ਹਨ ਜੋ ਇਹ ਰੈਕਟੈਂਗਲ ਹੈ ਇਸ ਦੇ ਨਾਲ ਚਾਰ ਬਿੰਦੀਆਂ ਅਤੇ ਇਸ ਦੇ ਨਾਲ ਵੀ ਚਾਰ ਬਿੰਦੀਆਂ ਲੱਗਣੀਆਂ ਜੋ ਇਹ ਆੜਾ ਹੈ ਇਹ ਇਸ ਦਾ ਸਹੀ ਉੱਤਰ ਹੋਵੇਗਾ ਸਵਾਲ ਨੰਬਰ 61 BCG ਵੈਕਸੀਨ ਦੀ ਵਰਤੋਂ ਕਿਸ ਬਿਮਾਰੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਟੀਬੀ ਦੀ ਟੀਬੀ ਦੀ ਫੁੱਲ ਫਾਰਮ ਹੁੰਦੀ ਹੈ ਟਿਊਬਰਕਲੋਸਿਸ ਸਵਾਲ ਨੰਬਰ 62 ਆਪਰੇਸ਼ਨ ਚਿੰਨ ਜੋ ਇਹ ਕੁਐਸਚਨ ਮਾਰਕ ਲੱਗੇ ਇਸ ਦੀ ਜਗ੍ਹਾ ਤੇ ਕਿਹੜਾ ਉੱਤਰ ਸਹੀ ਆਵੇਗਾ ਕਦੇ ਹੋ ਇਹ 2 ਤੇ 1 3 ਬਣ ਗਏ 3 ਤੇ 1 4 ਇੱਥੇ ਆਵੇਗਾ 5 ਚਾਰ ਡੰਡੇ ਅਤੇ ਇੱਕ ਟੇਟਾ ਨਿਸ਼ਾਨ ਸਵਾਲ ਨੰਬਰ 63 OMR ਦਾ ਪੂਰਾ ਨਾਮ ਕੀ ਹੈ ਵਰਤਮਾਨ ਸਮੇਂ ਕੋਈ ਵੀ ਪ੍ਰੀਖਿਆ ਹੁੰਦੀ ਹੈ ਉਹ OMR ਸ਼ੀਟ ਤੇ ਹੁੰਦੀ ਹੈ OMR ਦਾ ਪੂਰਾ ਨਾਮ ਹੁੰਦਾ ਹੈ ਆਪਟੀਕਲ ਮਾਰਕ ਰੀਡਰ ਸਵਾਲ ਨੰਬਰ 64 ਲੋਕ ਸਭਾ ਦਾ ਮੁਖੀ ਕੌਣ ਹੁੰਦਾ ਹੈ ਇਹ ਹੈ ਸਾਡੀ ਲੋਕ ਸਭਾ ਜੀ ਇਸ ਦਾ ਮੁਖੀ ਹੁੰਦਾ ਹੈ ਲੋਕ ਸਭਾ ਦਾ ਸਪੀਕਰ ਵਰਤਮਾਨ ਸਮੇਂ 17ਵੀਂ ਲੋਕ ਸਭਾ ਸੈਸ਼ਨ ਦੇ ਵਿੱਚ ਹੈ ਜੋ ਲੋਕ ਸਭਾ ਦਾ ਵਰਤਮਾਨ ਸਪੀਕਰ ਹੈ ਉਸ ਦਾ ਨਾਮ ਹੈ ਊਮ ਬਿਰਲਾ ਸਵਾਲ ਨੰਬਰ 65 ਸ਼ੂਗਰ ਹੋਣ ਦਾ ਮੁੱਖ ਕਾਰਨ ਕੀ ਹੈ ਇਸ ਦਾ ਕਾਰਨ ਹੈ ਜੀ ਇਨਸੂਲਿਨ ਦੀ ਘਾਟ ਜੇਕਰ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਤਾਂ ਇਨਸੂਲਿਨ ਦੀਆਂ ਗੋਲੀਆਂ ਉਸ ਨੂੰ ਦਿੱਤੀਆਂ ਜਾਂਦੀਆਂ ਹਨ ਸਵਾਲ ਨੰਬਰ 66 ਬਿੱਤ ਅਨੁਸਾਰ ਖਰਚਾ ਕਰਨਾ ਲਈ ਕਿਹੜਾ ਮੁਹਾਵਰਾ ਵਰਤੇ ਜਾਂਦਾ ਹੈ ਇਸ ਲਈ ਵਰਤੇ ਜਾਂਦਾ ਹੈ ਜੀ ਚਾਦਰ ਦੇਖ ਕੇ ਪੈਰ ਪਸਾਰਨਾ ਸਵਾਲ ਨੰਬਰ 67 ਸਾਡੇ ਗੈਲੈਕਸੀ ਕਿਸ ਆਕਾਰ ਦੀ ਹੈ ਇਹ ਹੈ ਜੀ ਕੁੰਡਲ ਦਾ ਆਕਾਰ ਦੀ ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਨ ਸਪਿਰਲ ਹੇਠ ਦਿੱਤੇਆਂ ਵਿੱਚੋਂ ਉਹ ਸ਼ਬਦ ਚੁਣੋ ਜੋ ਬਾਕੀ ਨਾਲ ਮੇਲ ਨਹੀਂ ਖਾਂਦਾ ਹੈ ਫਟਵਾਲ ਖੋਖੋ ਹਾਕੀ ਕੈਰਮ ਤੇ ਕਬੱਡੀ ਇਸ ਦੇ ਵਿੱਚੋਂ ਕੈਰਮ ਹੈ ਇਹ ਅਲੱਗ ਹੈ ਜੋ ਬਾਕੀ ਸਾਰੀਆਂ ਖੇਡਾਂ ਹਨ ਇਹ ਗਰਾਊਂਡ ਵਿੱਚ ਖੇਡੀ ਜਾਂਦੀਆਂ ਹਨ ਕੈਰਮ ਬੋਰਡ ਇਹ ਇੱਕ ਬੋਰਡ ਤੇ ਖੇਡੀ ਜਾਣ ਵਾਲੀ ਖੇਡ ਹੈ ਸਵਾਲ ਨੰਬਰ 69 ਤਾਰਿਆਂ ਦੀ ਧਰਤੀ ਤੋਂ ਦੂਰੀ ਪਤਾ ਕਰਨ ਲਈ ਕਿਸ ਪਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਕੀਤੀ ਜਾਂਦੀ ਹੈ ਜੀ ਪ੍ਰਕਾਸ਼ ਸਾਲ ਦੀ ਵਰਤੋਂ ਸਵਾਲ ਨੰਬਰ 70 ਸ਼ਬਦ ਪ੍ਰਾਣਾਜਾਮ ਤੋਂ ਕੀ ਭਾਵ ਹੈ ਜੋਗ ਦੇ ਵਿੱਚ ਤੁਸੀਂ ਪ੍ਰਾਣਾਜਾਮ ਸ਼ਬਦ ਆਮ ਸੁਣਦੇ ਹੋ ਇਸ ਦਾ ਅਰਥ ਹੁੰਦਾ ਹੈ ਬ੍ਰੈਥ ਕੰਟਰੋਲ ਐਕਸਰਸਾਈਜ਼ ਸਵਾਲ ਨੰਬਰ 71 ਤਰਤੀਬ ਅੱਗੇ ਵਧਾਉਣ ਲਈ ਉੱਤਰ ਚਿੱਤਰ ਵਿੱਚੋਂ ਸਹੀ ਉੱਤਰ ਲੱਭੋ ਪਹਿਲਾਂ ਤੁਸੀਂ ਇਹ ਚਾਰੇ ਚਿੱਤਰ ਦੇਖੋ ਇਸ ਤੋਂ ਬਾਅਦ ਕਿਹੜਾ ਚਿੱਤਰ ਆਵੇਗਾ ਇਸ ਤੋਂ ਬਾਅਦ ਆਵੇਗਾ ਜੀ ਇਹ ਚਿੱਤਰ ਸਵਾਲ ਨੰਬਰ 72 ਬਿੰਦੂ ਵਿੱਚੋਂ ਡਿਲੀਟ ਕੀਤੀਆਂ ਗਈਆਂ ਫੈਲਾਂ ਕਿੱਥੇ ਚਲੀਆਂ ਜਾਂਦੀਆਂ ਹਨ ਇਹ ਚਲੀਆਂ ਜਾਂਦੀਆਂ ਹਨ ਰਾਈਸਾਈਕਲ ਬਿਨ ਵਿੱਚ ਦੋਏ ਕੁਐਸਚਨ ਮਾਰਕ ਚਿੰਨ੍ਹ ਹੈ ਇਸ ਲਈ ਥਾਂ ਤੇ ਅਗਲਾ ਨੰਬਰ ਕਿਹੜਾ ਆਵੇਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੋਨੀਆਂ ਕੰਮ ਵਿੱਚ ਤਿੰਨ ਦਾ ਅੰਤਰ ਹੈ ਅਤੇ ਇਹਨਾਂ ਦੋਨੀਆਂ ਕੰਮ ਵਿੱਚ ਚਾਰ ਦਾ ਫਿਰ ਪੰਜ ਦਾ ਫਿਰ ਹੋਵੇਗਾ 6 ਦਾ ਅੰਤਰ ਇਸ ਦਾ ਉੱਤਰ ਆਵੇਗਾ 30 ਸਵਾਲ ਨੰਬਰ 74 ਪਲਸਟਰ ਆਫ ਪੈਰਸ ਕਿਸ ਦਾ ਬਣਿਆ ਹੁੰਦਾ ਹੈ ਇਹ ਬਣਿਆ ਹੁੰਦਾ ਹੈ ਜਿਪਸਮ ਦਾਈ ਸਵਾਲ ਨੰਬਰ 75 2 ਸਾਲ ਪਹਿਲਾਂ A ਦੀ ਉਮਰ B ਨਾਲੋਂ ਦੁੱਗਣੀ ਸੀ ਜੇਕਰ ਦੋਨਾਂ ਦੀ ਉਮਰ ਵਿੱਚ 2 ਸਾਲ ਦਾ ਅੰਤਰ ਹੋਵੇ ਤਾਂ A ਦੀ ਵਰਤਮਾਨ ਉਮਰ ਪਤਾ ਕਰੋ ਸਹੀ ਉੱਤਰ ਹੈ ਜੀ 6 ਸਾਲ ਜੋ ਇਹਦੀ ਵਰਤਮਾਨ ਉਮਰ ਹੈ ਉਹ ਹੈ 6 ਸਾਲ ਹੇਠ ਲਿਖੇ ਨਿਯਮਾਂ ਵਿੱਚੋਂ ਕਿਹੜਾ ਸਰਬੰਗ ਸਮਤਾ ਦਾ ਨਿਯਮ ਨਹੀਂ ਹੈ ਇਹ ਹੈ ਜੀ 3 ਈਆ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਕੌਣ ਸਨ ਜੋ ਨੋਬਲ ਪ੍ਰਾਈਜ਼ ਹੈ ਇਹ 1901 ਵਿੱਚ ਸ਼ੁਰੂ ਕੀਤਾ ਗਿਆ ਸੀ ਜੋ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲੇ ਸੀ ਉਹ ਹਨ ਅਰਵਿੰਦranath ਟੈਗਰ ਇਹਨਾਂ ਨੂੰ 1913 ਵਿੱਚ ਗਿਤਾंजलि ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਰਵਿੰਦਰਨਾਥ ਟਾਈਗਰ ਨੇ ਹੀ ਭਾਰ ਦਾ ਰਾਸ਼ਟਰੀ ਗਾਣ ਜਨ ਗਨ ਮਨ ਲਿਖਿਆ ਹੈ। ਸਵਾਲ ਨੰਬਰ 78 ਸਭ ਤੋਂ ਪਹਿਲਾਂ ਗਲੇਸ਼ੀਅਰ ਕਿੱਥੋਂ ਪਿਗਲਣਾ ਸ਼ੁਰੂ ਕਰਦੇ ਹਨ? ਇਹ ਕਰਦੇ ਹਨ ਜੀ ਬਿਲਕੁਲ ਬੋਟਮ ਬਿਲਕੁਲ ਹੇਠਾਂ ਤੋਂ ਗਲੇਸ਼ੀਅਰ ਪਿਗਲਣਾ ਸ਼ੁਰੂ ਕਰਦੇ ਹਨ। ਸਵਾਲ ਨੰਬਰ 79 ਦਿੱਤੀਆਂ ਹੋਈਆਂ ਪੰਜ ਤਸਵੀਰਾਂ ਵਿੱਚੋਂ ਚਾਰ ਤਸਵੀਰਾਂ ਵਿੱਚ ਸਬੰਧ ਹੈ ਅਤੇ ਇੱਕ ਤਸਵੀਰ ਇਹਨਾਂ ਸਾਰਿਆਂ ਤੋਂ ਵੱਖਰੀ ਹੈ। ਤੁਸੀਂ ਲੱਭਣੀ ਹੈ ਉਹ ਵੱਖਰੀ ਤਸਵੀਰ। ਇਹਨਾਂ ਵਿੱਚੋਂ ਕਿਹੜੀ ਤਸਵੀਰ ਵੱਖਰੀ ਹੈ? ਉਹ ਹੈ ਸਸਾ ਜੀ। ਸਵਾਲ ਨੰਬਰ 80 올림픽 ਖੇਡਾਂ ਵਿੱਚ ਵਿਅਕਤੀਗਤ ਤੌਰ ਤੇ ਕਿਸ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ ਇਹ ਜਿੱਤੇ ਹਨੀ ਅਮਰੀਕਾ ਦੇ ਮਹਾਨ ਪਲੇਅਰ ਮਾਈਕਲ ਫਲਿਪਨਿੰਗ ਜੋ ਕਿ ਇੱਕ ਤਾਰਕ ਸਨ ਹੁਣ ਤੱਕ ਇਹ ਟੋਟਲ 23 골ਡ ਮੈਡਲ ਅਮਰੀਕਾ ਦੇਸ਼ ਲਈ ਜਿੱਤ ਚੁੱਕੇ ਹਨ ਅਤੇ ਇਹਨਾਂ ਨੇ ਜੋ 2008 ਵਿੱਚ ਬੀਜਿੰਗ ਵਿੱਚ 올림픽 ਖੇਡਾਂ ਹੋਈਆਂ ਸਨ ਉਹਨਾਂ ਖੇਡਾਂ ਵਿੱਚ ਅਮਰੀਕਾ ਲਈ 8 골ਡ ਮੈਡਲ ਜਿੱਤੇ ਸਨ ਸਵਾਲ ਨੰਬਰ 81 ਹੇਠ ਲਿਖੇ ਮੁੱਖ ਮੰਤਰੀਆਂ ਵਿੱਚੋਂ ਕਿਸ ਮੁੱਖ ਮੰਤਰੀ ਦਾ ਕਾਰਜਕਾਲ ਸਭ ਤੋਂ ਲੰਮਾ ਰਿਹਾ ਹੈ ਇਸ ਦਾ ਸਹੀ ਉੱਤਰ ਹੈ ਜੀ ਜੋਤੀ 바ਸੂ ਦਾ ਜੋਤੀ 바ਸੂ 1970 ਤੋਂ ਲੈ ਕੇ 2000 ਤੱਕ ਪੱਛਮੀ ਬੰਗਾਲ ਵੈਸਟ ਬੰਗਾਲ ਦੇ ਮੁੱਖ ਮੰਤਰੀ ਰਹੇ ਹਨ ਜਿਨ੍ਹਾਂ ਦਾ ਅਰਥਾਵੰਦਾ ਹੈ 23 ਸਾਲ 137 ਦਿਨ ਪਰੰਤੂ ਇਹਨਾਂ ਦਾ ਰਿਕਾਰਡ ਪਵਨ ਕੁਮਾਰ ਚਾਮਲਿੰਗ ਨੇ ਤੋੜ ਦਿੱਤਾ ਹੈ ਜੋ ਕਿ ਸਿੱਕਮ ਦੇ ਮੁੱਖ ਮੰਤਰੀ ਰਹੇ ਹਨ 24 ਸਾਲ 165 ਦਿਨ ਮੁੱਖ ਮੰਤਰੀ ਰਹੇ ਹਨ ਜੇਕਰ ਹੁਣ ਵਰਤਮਾਨ ਸਮੇਂ ਸਭ ਤੋਂ ਲੰਮੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਹ ਹੈ ਪਵਨ ਕੁਮਾਰ ਚਾਮਲਿੰਗ ਦੇ ਨਾਂ ਤੇ ਸਵਾਲ ਨੰਬਰ 82 ਗ੍ਰਾਫ ਦੇ ਸਮਤਲ ਉੱਪਰ ਪੀ ਬਿੰਦੂ ਦਾ ਨਿਰਦੇਸ਼ ਅੰਕ ਪਤਾ ਕਰੋ ਜੋ ਇਹ ਪੀ ਬਿੰਦੂ ਹੈ ਇਸ ਦਾ ਨਿਰਦੇਸ਼ ਅੰਕ ਦੱਸਣਾ ਹੈ ਇਸ ਦਾ ਨਿਰਦੇਸ਼ ਅੰਕ ਹੈ 4 ਤੇ 3 ਸਵਾਲ ਨੰਬਰ 83 ਪੰਜਾਬ ਦੀ ਕੋਇਲ ਕਿਸ ਗਾਇਕਾ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਜੀ ਸੁਰਿੰਦਰ ਕੌਰ ਨੂੰ ਸਵਾਲ ਨੰਬਰ 84 ਭਾਰਤ ਦਾ ਪਰਵੇਸ਼ ਦਵਾਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਇਹ ਮੁੰਬਈ ਵਿੱਚ ਜਿਸ ਨੂੰ ਭਾਰਤ ਦਾ ਪਰਵੇਸ਼ ਦਵਾਰ ਕਿਹਾ ਜਾਂਦਾ ਹੈ ਸਵਾਲ ਨੰਬਰ 85 ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿਦੋਂ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ 1 April 1621 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਵਾਲ ਨੰਬਰ 86 ਭਾਰਤ ਐਥਲੀਟ ਹਿਮਾ ਦਾਸ ਦਾ ਸਬੰਧ ਕਿਸ ਰਾਜ ਨਾਲ ਹੈ ਇਹਨਾਂ ਦਾ ਸਬੰਧ ਹੈ ਜੀ ਅਸਾਮ ਰਾਜ ਨਾਲ ਅਸਾਮ ਦੀ ਸਰਕਾਰ ਨੇ ਹਿਮਾ ਦਾਸ ਨੂੰ ਡੀਐਸਪੀ ਬਣਾ ਦਿੱਤਾ ਹੈ ਸਵਾਲ ਨੰਬਰ 87 ਆਪਰੇਸ਼ਨ ਚੰਨ ਵਿਚਲੇ ਜੋ ਕੁਐਸਚਨ ਮਾਰਕ ਦਾ ਇਹ ਚਿੰਨ੍ਹ ਹੈ ਇਸੀ ਜਗ੍ਹਾ ਤੇ ਕਿਹੜਾ ਚਿੱਤਰ ਸਹੀ ਆਵੇਗਾ ਇਸੀ ਥਾਂ ਤੇ ਆਵੇਗਾ ਜੀ ਇਹ ਚਿੱਤਰ ਸਹੀ ਸਵਾਲ ਨੰਬਰ 88 ਅਕਿਰਤੀ ਵਿੱਚ ਦਹਾਏਗੇ ਕਾਗਜ਼ ਨੂੰ ਮੋੜਨ ਤੇ ਕਿਹੋ ਜਿਹੀ ਤਿੰਨ ਪਸਾਰੀ ਅਕਿਰਤੀ ਬਣੇਗੀ ਇਹ ਬਣੇਗੀ ਜੀ ਤਿੰਨ ਪੁਜੀ ਪ੍ਰਿਜ਼ਮ ਵਾਈਫਾਈ ਜਿਸ ਦਾ ਪ੍ਰਯੋਗ ਅਸੀਂ ਆਮ ਕਰਦੇ ਹਾਂ ਇਸ ਦੀ ਫੁੱਲ ਫਾਰਮ ਕੀ ਹੁੰਦੀ ਹੈ ਇਸ ਦੀ ਫੁੱਲ ਫਾਰਮ ਹੁੰਦੀ ਹੈ ਬਾਇਰਲੈਸ ਹਿਟਰਲਿਟੀ ਬਾਇਰਲੈਸ ਭਾਵ ਤਾਰ ਤੋਂ ਬਿਨਾ ਸਵਾਲ ਨੰਬਰ 90 ਹੱਥ ਨਾਲ ਕਢਾਈ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਕਸੀਦਾਕਾਰ ਸਵਾਲ ਨੰਬਰ 99 ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਸਿੱਖਾਂ ਦੇ ਨੌਵੇਂ ਗੁਰੂ ਸਨ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਇਹਨਾਂ ਦੇ ਪਿਤਾ ਜੀ ਸਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਅੰਤਰਰਾਸ਼ਟਰੀ ਖੇਡ ਸੰਸਥਾ ਫੀਫਾ ਦਾ ਸਬੰਧ ਕਿਸ ਖੇਡ ਨਾਲ ਹੈ ਇਸ ਦਾ ਸਬੰਧ ਹੈ ਫੁੱਟਬਾਲ ਨਾਲ ਫੀਫਾ ਦੁਆਰਾ ਫੁੱਟਬਾਲ ਦਾ ਵਰਲਡ ਕੱਪ ਕਰਾਇਆ ਜਾਵੇਗਾ ਉਹ ਕਰਾਇਆ ਜਾਏਗਾ ਕਤਰਦੇਸ਼ ਵਿੱਚ ਸਵਾਲ ਨੰਬਰ 93 ਭਾਰਤ ਦਾ ਰਾਸ਼ਟਰਪਤੀ ਬਣ ਲਈ ਭਾਰਤ ਦੇ ਨਾਗਰਿਕ ਦੀ ਉਮਰ ਘੱਟੋ-ਘੱਟ ਕਿੰਨੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਰਾਸ਼ਟਰਪਤੀ ਬਨਾ ਹੈ ਤਾਂ ਤੁਹਾਡੀ ਉਮਰ ਘੱਟੋ-ਘੱਟ 35 ਸਾਲ ਹੋਣੀ ਚਾਹੀਦੀ ਹੈ ਸਵਾਲ ਨੰਬਰ 94 ਭਾਰਤ ਦਾ ਮੌਜੂਦਾ ਗ੍ਰਹਿ ਮੰਤਰੀ ਹੋਮ ਮਿਨਿਸਟਰ ਕੌਣ ਹੈ ਇਹ ਹੈ ਜੀ ਅਮਿਤ ਸ਼ਾ ਸਵਾਲ ਨੰਬਰ 95 ਰਾਈਟ ਦਾ ਫੁੱਲ ਫਾਰਮ ਆਫ ਡੀਜੀਪੀ ਡੀਜੀਪੀ ਦੀ ਫੁੱਲ ਫਾਰਮ ਹੁੰਦੀ ਹੈ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਦੇ ਜੋ ਵਰਤਮਾਨ ਸਮੇਂ ਡੀਜੀਪੀ ਹਨ ਉਹਨਾਂ ਦਾ ਨਾਮ ਹੈ ਦਿਨਕਰ ਗੁਪਤਾ ਜੀ ਸਵਾਲ ਨੰਬਰ 96 ਸਿੱਠਣੀਆਂ ਦਾ ਸਬੰਧ ਕਿਸ ਨਾਲ ਹੈ ਜੋ ਸਿੱਠਣੀਆਂ ਹਨ ਇਹ ਬਿਆਦੇ ਸਮੇਂ ਗਾਈਆਂ ਜਾਂਦੀਆਂ ਹਨ ਸਵਾਲ ਨੰਬਰ 97 ਵਾਲੀਬਾਲ ਦੀ ਟੀਮ ਵਿੱਚ ਕੁੱਲ ਕਿੰਨੇ ਖਿਡਿਆਰੀ ਹੁੰਦੇ ਹਨ ਜੋ ਵਾਲੀਬਾਲ ਦੀ ਟੀਮ ਹੁੰਦੀ ਹੈ ਇਸ ਵਿੱਚ ਹੁੰਦੇ ਹਨ ਟੋਟਲ 12 ਖਿਡਿਆਰੀ 6 ਖਿਡਿਆਰੀ ਖੇਡਦੇ ਹਨ ਮੈਦਾਨ ਵਿੱਚ ਅਤੇ 6 ਖਿਡਿਆਰੀ ਹੀ ਸਪੇਅਰਾਂ ਦੇ ਤੌਰ ਤੇ ਰੱਖੇ ਹੁੰਦੇ ਹਨ ਸਵਾਲ ਨੰਬਰ 98 ਆਜ਼ਾਦੀ ਤੋਂ ਬਾਅਦ ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ ਏਸੀਜੀ ਚੰਦੂ لال ਮधव لال ਤਰਵੇਦੀ ਸਵਾਲ ਨੰਬਰ 99 ਪ੍ਰਸਿੱਧ ਐਥਲੀਟ ਮਿਲਖਾ ਸਿੰਘ ਜਿਸ ਨੂੰ ਉੱਡਣੇ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਕਿੰਨੇ ਸੂ ਮੀਟਰ ਦੀ ਦੌੜ ਲਈ ਜਾਣਿਆ ਜਾਂਦਾ ਹੈ ਇਹ ਜਾਣਿਆ ਜਾਂਦਾ ਹੈ ਜੀ 400 ਮੀਟਰ ਦੀ ਦੌੜ ਲਈ 1958 ਵਿੱਚ ਜੋ ਕਾਮਨਵੇਲਥ ਖੇਡਾਂ ਹੋਈਆਂ ਸਨ ਉਸ ਦੇ ਵਿੱਚ ਉਸ ਨੇ ਭਾਰਤ ਲਈ ਪਹਿਲਾ 골ਡ ਮੈਡਲ ਜਿੱਤਿਆ ਸੀ ਸਵਾਲ ਨੰਬਰ 100 ਸੂਤ ਦੀਆਂ ਅਟੀਆਂ ਤੋਂ ਨਾੜੇ ਬਣਾਉਣ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਹ ਕੀਤਾ ਜਾਂਦਾ ਹੈ ਜੀ ਊਰੀ ਦਾ ਪ੍ਰਯੋਗ ਜੋ ਸਵਾਲ ਨੰਬਰ 101 ਹੈ ਇਹ ਤੁਹਾਡੇ ਲਈ ਹੈ ਪੰਜਾਬ ਸਰਕਾਰ ਵੱਲੋਂ ਕਿਸ ਬਿਮਾਰੀ ਦੇ ਖਾਤਮੇ ਲਈ ਮਿਸ਼ਨ ਫਤਿਹ ਚਲਾਇਆ ਗਿਆ ਹੈ ਤੁਸੀਂ ਆਪਣਾ ਉੱਤਰ ਕਮੈਂਟ ਬਾਕਸ ਵਿੱਚ ਦੇਣਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਗਿਆਨ ਵੰਡ ਨਾਲ ਵਾਧਾ ਹੈ ਧੰਨਵਾਦ